1 ਨਵੰਬਰ ਨੂੰ ਡਿਬੇਟ ਰੱਖੀ ਗਈ ਹੈ ਮੇਰੇ ਫਾਦਰ ਤਾਂ 2022 ਦੀ ਮਾਰਚ ਤੋਂ ਕਹਿ ਰਹੇ ਨੇ ਕਿ ਆਓ ਜੀ ਡਿਬੇਟ ਕਰੀਏ ਹੁਣ ਉਹਨਾਂ ਨੇ ਡਿਬੇਟ ਉਦੋਂ ਰੱਖੀ ਹੈ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਚ ਬੰਦ ਕੀਤਾ ਪ੍ਰਮਾਤਮਾ 19 ਤਰੀਕ ਨੂੰ ਸਾਡੇ ਮੇਰੇ ਫਾਦਰ ਨੂੰ ਜੇਲ੍ਹ ਚ ਬਾਹਰ ਲੈ ਕੇ ਆਣ 1 ਤਰੀਕ ਨੂੰ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਉਸ ਡਿਬੇਟ ਤੇ ਲੈ ਕੇ ਜਾਵਾਂਗੇ ਤੇ 1 ਤਰੀਕ ਦਾ ਫਿਰ ਜੇ ਡਿਬੇਟ ਅਸੀਂ ਗਏ ਫਿਰ ਦੇਖੋ ਦੂਜੇ ਪਾਸੇ ਸੀਐਮ ਨੇ ਨਹੀਂ ਆਣਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇੱਕ ਸਾਰਾ ਕੁਝ ਇਹ ਪਲਾਨ ਇੱਕ ਪਲਾਨ ਦੇ ਤਹਿਤ ਹੋਇਆ ਪਹਿਲਾਂ ਸੁਖਪਾਲ ਸਿੰਘ ਖੈਰਾਂ ਨੂੰ ਜੇਲ੍ਹ ਭੇਜਿਆ ਗਿਆ ਫਿਰ ਬਹਿਸ ਦਾ ਇਨਵੀਟੇਸ਼ਨ ਜਿਹੜਾ ਦਿੱਤਾ ਸਾਡੀ ਗ੍ਰਿਫਤਾਰੀ ਹੁੰਦੀ ਹੈ ਸਤੰਬਰ 28 ਨੂੰ ਤੋਂ ਉਸ ਤੋਂ ਬਾਅਦ ਕਹਿੰਦੇ ਜੀ ਸੀਐਮ ਮਾਨ ਕਹਿੰਦੇ ਜੀ ਕਿ ਬਹੁਤ ਰੋਜ਼ ਦੀ ਚਿਕਚਿਕ ਹੋ ਰਹੀ ਹੈ ਆਓ ਜੀ ਡਿਬੇਟ ਕਰੀਏ ਇਹ ਡਿਬੇਟ ਪਿਛਲੇ ਹਫਤੇ ਕਰ ਲੈਂਦੇ ਜਾਂ ਸਾਡੀ ਗ੍ਰਿਫਤਾਰੀ ਜਿਹੜੀ ਉਹ 2 ਤਰੀਕ ਨੂੰ ਕਰ ਦਿੰਦੇ ਤੁਸੀਂ ਬੰਦੇ ਨੂੰ ਜੇਲ੍ਹ ਚ ਅੰਦਰ ਕਰਕੇ ਫਿਰ ਉੱਤੇ ਤਸ਼ੱਦਦ ਕਰਦੇ ਹੋ ਜੇ ਨਾਲ ਕੋ ਹਿੰਮਤ ਹੈ ਤੇ ਸਾਨੂੰ ਬਾਹਰ ਆ ਲੰਦਨ ਬੰਦਿਆਂ ਨੂੰ ਲੜਾਈ ਲੜਾਂਗੇ ਅਸੀਂ ਮੁੱਖ ਮੰਤਰੀ ਵੱਲੋਂ ਸੱਦਾ ਪਾਰਟੀ ਪ੍ਰਧਾਨਾਂ ਨੂੰ ਐਲਓਪੀ ਨੂੰ ਉਹਨਾਂ ਨੂੰ ਆ ਪਰ ਸੁਖਪਾਲ ਸਿੰਘ ਖਹਿਰਾ ਨੂੰ ਤਾਂ ਸੱਦਾ ਹੀ ਨਹੀਂ ਹਾਂ ਅਸੀਂ ਆ ਬਿਨ ਬਣਾਏ ਚੱਲ ਜਾਾਂਗੇ ਜੀ ਬਿਨ ਬੁਲਾਏ ਆਨ ਇਨਵਾਈਟਿਡ ਜਾਵਾਂਗੇ ਪੰਜਾਬ ਦੇ ਉੱਤੇ ਡਿਬੇਟ ਹੈ ਔਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਤੋਂ ਬੈਟਰ ਕੌਣ ਹੈ ਜੋ ਡਿਬੇਟ ਕਰ ਸਕਦਾ ਇੱਕ ਤਾਂ ਤੁਸੀਂ ਆਖਿਆ ਸੀ ਕਿ ਉਹਨਾਂ ਦੀ ਬਾਰਕ ਦੇ ਵਿੱਚ ਸੀਸੀਟੀਵੀ ਲਗਵਾਏ ਗਏ ਨੇ ਤੇ ਦੂਜਾ ਇਹ ਕਿ बार-बार ਰਿਮਾਂਡ ਉਹਨਾਂ ਦਾ ਕਿਉਂ ਲਿਆ ਜਾਵੇ ਉਹ ਕਹਿੰਦੇ ਕਿ ਜੀ ਅਗਰ ਰਿਮਾਂਡ ਤਾ ਕੇ ਕਿ ਜੀ ਖੈਰਾ ਆਪਣੀ ਬਿਨਾਮੀ ਪ੍ਰਾਪਰਟੀ ਨਹੀਂ ਦੱਸਦਾ ਕਿੱਦਾਂ ਦਸੀਏ ਹੁ ਆਪਣੇ ਵੱਲੋਂ ਬਣਾ ਕੇ ਦਸੀਏ ਜਾਂ ਤਾਂ ਸਾਨੂੰ ਲਿਸਟ ਸ਼ੋਅ ਕਰਨ ਕਿ ਇਹ ਇਹ ਪ੍ਰਾਪਰਟੀਆਂ ਤੁਹਾਡੀਆਂ ਹੈ ਕਿ ਨਹੀਂ ਹੈ ਅਸੀਂ ਯੈਸ ਨੂੰ ਕਰਾਂਗੇ ਉਹ ਕਹਿੰਦੇ ਕਿ ਇਹ ਆਪ ਦੋ ਚਾਰ ਚੀਜ਼ਾਂ ਤੋਂ ਇਲਾਵਾ ਤੁਹਾਡੀ ਹੋਰ ਪ੍ਰਾਪਰਟੀ ਕਿਹੜੀ ਹੈ ਹੁਣ ਅਸੀਂ ਕਿੱਦਾਂ ਬਣਾ ਕੇ ਦੱਸ ਦਈਏ ਇਸ ਗੱਲ ਤੇ 6 ਦਿਨ ਦਾ ਰਿਮਾਂਡ ਲੈ ਗਏ ਤੁਸੀਂ ਕਹਿੰਦੇ ਹੋ ਕਿ ਸੁਖਪਾਲ ਸਿੰਘ ਖੈਰਾ ਨੂੰ ਸਿਰਫ ਬਦਨਾਮ ਕਰਨ ਦੇ ਲਈ ਤੇ ਤੰਗ ਕਰਨ ਦੇ ਲਈ ਹੀ ਇਹ ਮਸਲਾ ਖੁੱਲਿਆ ਗਿਆ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਮਸਲੇ ਦੇ ਵਿੱਚ ਕੁਝ ਹੈ ਨਹੀਂ ਇਹ ਮੁਕੱਦਮਾ ਜਿਹੜਾ ਹੈ ਅੱਖਾਂ ਦੇ ਸਾਹਮਣੇ ਪੜਦਾ ਮੈਂ ਅਕਸਰ ਕਹਿੰਦਾ ਅਸਲੀਅਤ ਸੁਖਪਾਲ ਖੈਰਾ ਦੀ ਆਵਾਜ਼ ਹੈ ਉਹਨਾਂ ਦਾ ਗੁਨਾਹ ਇਹ ਹੈ ਕਿ ਉਹ ਉਹ بلند ਉਹਨਾਂ ਦੀ ਆਵਾਜ਼ ਹੈ ਸੀਐਮ ਦੀ ਅੱਖਾਂ ਚੱਖਾਂ ਪਾ ਕੇ ਉਹ ਸਵਾਲ ਪੁੱਛਦੇ ਨੇ ਭਗਵੰਤ ਮਾਨ ਦਾ ਉਹ ਚਿਹਰਾ ਬੇਨਕਾਬ ਕੀਤਾ ਦੋਗਲਾ ਚਿਹਰਾ ਕੇਜਰੀ ਵਾਲਾ ਹੱਥ ਖੜੇ ਕਰੋ ਜੀ ਕੌਣ ਸਭ ਤੋਂ ਇਹਨਾਂ ਦੇ ਚਾਰ ਬੰਦੇ ਤਾਂ ਰੋਜ਼ ਈਡੀ ਵਾਲੇ ਚੱਕ ਦੇ ਸ਼ਰਾਬ ਘਟਾਲੇ ਵਿੱਚ ਤੇ ਇੱਥੇ ਆ ਕੇ ਪੰਜਾਬ ਵਾਲਿਆਂ ਤੋਂ ਹੱਥ ਖੜੇ ਕਰਾਏ ਕਿ ਜੀ ਅਸੀਂ ਨਸ਼ੇ ਤਸਕਰਾਂ ਨੂੰ ਫੜੀਏ ਕਿ ਨਾ ਫੜੀਏ ਗੁਰਦੇਵ ਸਿੰਘ ਦੇਵੀ ਨੇ ਫਾਈਨੈਂਸ਼ਲੀ ਖੈਰਾ ਦੀ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਜਾਂ ਗੱਡੀ ਜਿਹੜੀ ਜਾਂ ਗੱਡੀਆਂ ਕਿਹਾ ਜਾ ਰਿਆ ਲਾਈਆਂ ਇੱਕ ਗੱਡੀ ਕਿਤੇ ਸਾਡੀ ਕੈਂਪੇਨਿੰਗ ਦੇ ਨਾਲ ਸ਼ਾਇਦ ਗਏ ਹੋਣ ਤੇ ਫੰਡਿੰਗ ਕੀਤੀ ਉਹਦਾ ਕੋਈ 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 ਸਬੂਤਾ ਦਿਓ ED ਨੇ ਵੀ ਕਿਹਾ ਕਿ ਜੀ ਫੰਡਿੰਗ ਕੀਤੀ ED ਨੇ ਚਲਾਨ ਪੇਸ਼ ਕੀਤਾ ਸਾਡੇ ਖਿਲਾਫ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਆਮਦਨ ਤੇ ਇਹਨਾਂ ਦੇ ਖਰਚੇ ਵਿੱਚ ਜਿੰਨਾ ਫਰਕ ਹੈ ਉਹ ਸਾਰਾ ਦਾ ਸਾਰਾ ਡਰਗ ਮੰਨੀ ਹੈ ਗੁਰਦੇਵ ਸਿੰਘ ਤਾਂ 2015 ਦਾ ਜੇਲ੍ਹ ਚ ਹੈ ਤਾਂ 2015 ਤੋਂ ਪਹਿਲੇ ਹੀ ਭੇਜਿਆ 2015 ਤੋਂ ਪਹਿਲੇ ਇਲੈਕਸ਼ਨ ਸੀਗੀ 2012 ਵਾਲੀ 2012 ਵਾਲੀ ਇਲੈਕਸ਼ਨ ਫੰਡ ਕੀਤੀ ਕਿੱਥੇ ਗੱਡੀ ਭੇਜੀ ਕਿਹੜੀ ਗੱਡੀ ਦਾ ਨੰਬਰ ਹੈ ਕਿਦੋਂ ਭੇਜੀ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਅਰਜੀ ਤੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਸੀ ਤਾਂ ਹਾਈ ਕੋਰਟ ਨੇ ਕੀ ਕਿਹਾ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਸਰਕਾਰ ਤੋਂ ਜਵਾਬ ਮੰਗਿਆ ਕੀ ਪੁੱਛਿਆ ਹਾਈ ਕੋਰਟ ਨੇ ਸਰਕਾਰ ਤੋਂ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਸੁਖਪਾਲ ਸਿੰਘ ਖੈਰਾ ਦੇ بیٹے ਮਹਿਤਾਬ ਸਿੰਘ ਖੈਰਾ ਨੇ ਜੋ ਖੁਦ ਵਕੀਲ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਖੈਰਾ ਸਾਹਿਬ ਸਵਾਗਤ ਆ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਗਗਨ ਥੈਂਕ ਯੂ ਅੱਛਾ ਮਹਿਤਾਬ ਸਭ ਤੋਂ ਪਹਿਲਾਂ ਤਾਂ ਕਿ ਅੱਜ ਸੁਣਵਾਈ ਸੀ ਜ਼ਮਾਨਤ ਦੀ ਅਰਜੀ ਤੇ ਤਾਂ ਕੀ ਕਿਹਾ ਹਾਈ ਕੋਰਟ ਨੇ ਅਸੀਂ ਰੈਗੂਲਰ ਬੇਲ ਹਾਈ ਕੋਰਟ ਵਿੱਚ ਲਾਈ ਸੀ ਜੋ ਉਹਦਾ ਪ੍ਰੋਸੈਸ ਹੈ ਪਹਿਲੇ ਨੋਟਿਸ ਇਸ਼ੂ ਕੀਤਾ ਗਿਆ 19 ਤਰੀਕ ਵਾਸਤੇ ਬਹਿਸ ਵਾਸਤੇ ਕੇਸ ਰੱਖਿਆ ਗਿਆ ਤੇ ਮੈਨੂੰ ਆਸ ਹੈ ਕਿ 19 ਤਰੀਕ ਨੂੰ ਜਾਂ ਉਸ ਤੋਂ ਕੁਝ ਦਿਨਾਂ ਬਾਅਦ ਸਭ ਤੋਂ ਪਹਿਲਾਂ ਤਾਂ ਸੁਖਪਾਲ ਖੇੜਾ ਬਾਹਰ ਆਣਗੇ ਤੇ ਨਾਲ ਸੱਚ ਵੀ ਬਾਹਰ ਆਊਗਾ ਦੂਜਾ ਤੁਸੀਂ ਦੂਜੀ ਐਪਲੀਕੇਸ਼ਨ ਤੇ ਤੁਹਾਡੀ ਇੱਕ ਪਟੀਸ਼ਨ ਹੋ ਰਾ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਲੀਗਲ ਅਰੈਸਟ ਆ ਗਈ ਇਹ ਸਾਰਾ ਮਸਲਾ ਹੈ ਨਾ ਵੀ ਬਦਲਾਖੋਰੀ ਦਾਗਾ ਉਹ ਮਸਲਾ ਕਿੱਥੇ ਖੜਾ ਉਹ ਪਟੀਸ਼ਨ ਉਹ ਪਟੀਸ਼ਨ ਵਿੱਚ ਬਹਿਸ ਹੋ ਚੁੱਕੀ ਹੈ ਜੱਜ ਸਾਹਿਬ ਨੇ ਆਰਡਰ ਰਿਜ਼ਰਵ ਕੀਤਾ ਹੈ ਤੇ ਹੁਣ ਜੱਜ ਸਾਹਿਬ ਤੇ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਜਦੋਂ ਉਹ ਆਪਣਾ ਫੈਸਲਾ ਸੁਣਾਉਣਗੇ ਉਦੋਂ ਪਤਾ ਚੱਲ ਜੂਗਾ ਸਤੇ ਤੁਸੀਂ ਵਾਰ-ਵਾਰ ਇੱਕ ਗੱਲ ਆਖ ਰਹੇ ਹੋ ਤੁਹਾਡੀਆਂ ਸਾਰੀਆਂ ਪੋਸਟਾਂ ਤੋਂ ਤੁਹਾਡੀਆਂ ਇੰਟਰਵਿਊਸ ਤੇ ਇਹ ਲੱਗ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿੰਦੇ ਹੋ ਕਿ ਸੁਖਪਾਲ ਸਿੰਘ ਖੈਰਾ ਨੂੰ ਸਿਰਫ ਬਦਨਾਮ ਕਰਨ ਦੇ ਲਈ ਤੇ ਤੰਗ ਕਰਨ ਦੇ ਲਈ ਹੀ ਇਹ ਮਸਲਾ ਖੋਲਿਆ ਗਿਆ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਮਸਲੇ ਦੇ ਵਿੱਚ ਕੁਝ ਹੈ ਨਹੀਂ 8 ਸਾਲ ਗਗਨਜੀ ਪੁਰਾਣਾ ਹੈ ਮੁਕਦਮਾ ਅਸੀਂ ਇਹ ਲੜਾਈ ਲੜ ਕੇ ਸੁਪਰੀਮ ਕੋਰਟ ਤੋਂ ਜਿੱਤ ਚੁੱਕੇ ਹਾਂ ਇਸ ਮੁਕਦਮੇ ਵਿੱਚ ਸਾਡਾ ਨਾਂ ਤਾਂ ਕਿਸੇ ਐਫ ਆਈ ਆਰ ਵਿੱਚ ਨਾ ਕਦੀ ਚਲਾਨ ਵਿੱਚ ਨਾਮ ਆਇਆ ਅੱਜ 8 ਸਾਲ ਬਾਅਦ ਇਹਨਾਂ ਨੇ ਕਿਹਾ ਜੀ ਆ ਤਫਤੀਸ਼ ਵਿੱਚ ਖੈਰੇ ਦਾ ਨਾਮ ਆਂਦਾ 8 ਸਾਲ ਪੰਜਾਬ ਪੁਲਿਸ ਨੇ ਕੋਈ ਸਾਨੂੰ ਸਾਨੂੰ ਸਮਨ ਨਹੀਂ ਕੀਤਾ ਸਾਨੂੰ ਕੋਰਟ ਵੱਲੋਂ ਸਮਨਿੰਗ ਹੋਈ ਅਸੀਂ ਉਹ ਕੇਸ ਜਿਹੜਾ ਹੈ ਉਹ ਲੜ ਕੇ ਜਿੱਤੇ ਇਹ ਤਾਂ ਸਹੀ ਮੁਕੱਦਮਾ ਇਹ ਮੁਕੱਦਮਾ ਜਿਹੜਾ ਹੈ ਅੱਖਾਂ ਦੇ ਸਾਹਮਣੇ ਪੜਦਾ ਮੈਂ ਅਕਸਰ ਕਹਿੰਦਾ ਅਸਲੀਅਤ ਸੁਖਪਾਲ ਖੈਰਾ ਦੀ ਆਵਾਜ਼ ਹੈ ਉਹਨਾਂ ਦਾ ਗੁਨਾਹ ਇਹ ਹੈ ਕਿ ਉਹ ਉਹ بلند ਉਹਨਾਂ ਦੀ ਆਵਾਜ਼ ਹੈ ਸੀਐਮ ਦੀ ਅੱਖਾਂ ਚੱਖਾਂ ਪਾ ਕੇ ਉਹ ਸਵਾਲ ਪੁੱਛਦੇ ਨੇ ਇਹਨਾਂ ਦਾ ਚਿਹਰਾ ਜਿਹੜਾ ਹੈ ਆ ਆਮ ਆਦਮੀ ਪਾਰਟੀ ਦਾ ਤੇਜਪ੍ਰ ਭਗਵੰਤ ਮਾਨ ਦਾ ਉਹ ਚਿਹਰਾ ਬੇਨਕਾਬ ਕੀਤਾ ਦੋਗਲਾ ਚਿਹਰਾ ਤੇ ਉਸ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਤੁਸੀਂ ਦੇਖੋ 1 ਨਵੰਬਰ ਨੂੰ ਡਿਬੇਟ ਰੱਖੀ ਗਈ ਹੈ ਮੇਰੇ ਫਾਦਰ ਤਾਂ 2022 ਦੀ ਮਾਰਚ ਤੋਂ ਕਹਿ ਰਹੇ ਨੇ ਕਿ ਆਓ ਜੀ ਡਿਬੇਟ ਕਰੀਏ ਆਊਟ ਡਿਬੇਟ ਕਰੀਏ ਆਊਟ ਡਿਬੇਟ ਕਰੀਏ ਘੇਰਦੇ ਨੇ ਉਹਨਾਂ ਨੂੰ ਕਈ ਅਨੇਕੋ ਮੁੱਦੇ ਨੇ ਤੇ ਹੁਣ ਉਹਨਾਂ ਨੇ ਡਿਬੇਟ ਉਦੋਂ ਰੱਖੀ ਹੈ ਜਦੋਂ ਸੁਖਪਾਲ ਸਿੰਘ ਖਿਆਰਾ ਨੂੰ ਜੇਲ੍ਹ 'ਚ ਬੰਦ ਕੀਤਾ ਅਸੀਂ ਤਾਂ ਮੰਗਦੇ ਰਹੇ ਹਾਂ ਡਿਬੇਟ ਪਰਮਾਤਮਾ 19 ਤਰੀਕ ਨੂੰ ਸਾਡੇ ਮੇਰੇ ਫਾਦਰ ਨੂੰ ਜੇਲ੍ਹ ਚੋਂ ਬਾਹਰ ਲੈ ਕੇ ਆਣ ਇੱਕ ਤਰੀਕ ਨੂੰ ਅਸੀਂ ਸੁਖਪਾਲ ਸਿੰਘ ਖੈਰਾ ਨੂੰ ਉਸ ਡਿਬੇਟ ਤੇ ਲੈ ਕੇ ਜਾਵਾਂਗੇ ਇਹ ਮੇਰੀ ਮੈਂ ਅਰਦਾਸ ਕਰਦਾ ਹਾਂ ਔਰ ਮੈਨੂੰ ਯਕੀਨ ਹੈ ਕਿ ਪਰਮਾਤਮਾ ਇਸ ਅਰਦਾਸ ਨੂੰ ਸੁਣ ਕੇ ਸੁਖਪਾਲ ਸਿੰਘ ਖੈਰਾ ਨੂੰ ਬਾਹਰ ਲੈ ਕੇ ਆਣਗੇ ਤੇ ਇੱਕ ਤਰੀਕ ਦਾ ਫਿਰ ਜੇ ਡਿਬੇਟ ਅਸੀਂ ਗਏ ਫਿਰ ਦੇਖੋ ਦੂਜੇ ਪਾਸੇ ਸੀਐਮ ਨੇ ਨਹੀਂ ਆਣਾ ਇਹ ਮੇਰਾ ਯਕੀਨ ਹੈ ਨਹੀਂ ਇੱਥੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇੱਕ ਸਾਰਾ ਕੁਝ ਇਹ ਪਲਾਨ ਨਾ ਇੱਕ ਪਲਾਨ ਦੇ ਤਹਿਤ ਹੋਇਆ ਪਹਿਲਾਂ ਸੁਖਪਾਲ ਸਿੰਘ ਖੈਰ ਨੂੰ ਜੇਲ੍ਹ ਭੇਜੇਗਾ ਫੇਰ ਬਹਿਸ ਦਾ ਇਨਵੀਟੇਸ਼ਨ ਜਿਹੜਾ ਦਿੱਤਾ ਬਿਲਕੁਲ ਤੁਸੀਂ ਆਪ ਦੇਖੋ ਸਾਨੂੰ ਸਾਡੀ ਗ੍ਰਿਫਤਾਰੀ ਹੁੰਦੀ ਹੈ ਸਤੰਬਰ 28 ਨੂੰ ਤੋਂ ਉਸ ਤੋਂ ਬਾਅਦ ਕਹਿੰਦੇ ਜੀ ਸੀਐਮ ਮਾਨ ਕਹਿੰਦੇ ਜੀ ਕਿ ਬਹੁਤ ਰੋਜ਼ ਦੀ ਚਿਕਚਿਕ ਹੋ ਰਹੀ ਹੈ ਆਓ ਜੀ ਡਿਬੇਟ ਕਰੀਏ ਇਹ ਡਿਬੇਟ ਪਿਛਲੇ ਹਫਤੇ ਕਰ ਲੈਂਦੇ ਜਾਂ ਸਾਡੀ ਗ੍ਰਿਫਤਾਰੀ ਜਿਹੜੀ ਉਹ 2 ਤਰੀਕ ਨੂੰ ਕਰ ਦਿੰਦੇ ਤੇ ਨਾ ਸਾਨੂੰ ਸੱਦਾ ਦਿੱਤਾ ਗਿਆ ਇਹ ਸਰ ਜਿਹੜੀਆਂ ਸਰਕਾਰਾਂ ਦਾ ਜਿਹੜੀ ਇੱਕ ਇੱਕੋਜੀ ਚਾਲ ਸੀ ਮੁਕੱਦਮਾ ਨੰਬਰ 35 2015 ਦਾ ਅਸਲੀਅਤ ਨਹੀਂ ਹੈ ਸਾਡੇ ਹਲਕੇ ਵਿੱਚ ਪੰਜਾਬ ਵਿੱਚ ਸਿਰਫ ਪਲਾਥ ਹਲਕਾ ਐਸਾ ਸੀ ਜਿੱਥੇ ਆਮ ਆਦਮੀ ਪਾਰਟੀ ਦੀ ਜ਼ਮਾਨਤ ਜਬਤ ਕਰਕੇ ਉਹਨਾਂ ਦੇ ਨੁਮਾਇੰਦਿਆਂ ਨੂੰ ਭਜਾਇਆ ਉੱਥੋਂ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਾਡੇ ਹਲਕੇ ਵਿੱਚ ਜਿਹੜੇ ਮੇਰੇ ਫਾਦਰ ਦੇ ਬਾਵਾ ਨੇ ਜਿੱਦਾਂ ਕਹਿੰਦੇ ਪੰਜਾਬੀ ਚ ਭਰਾ ਨੇ ਉੱਥੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਰੇਡਾਂ ਮਾਰ ਰਹੇ ਉਹਨਾਂ ਨੂੰ ਡਰਾ ਰਹੇ ਧਮਕਾ ਰਹੇ ਇਹ ਇਹ ਬੇਈਮਾਨੀ ਹੈ ਤੁਸੀਂ ਬੰਦੇ ਨੂੰ ਜੇਲ੍ਹ ਚ ਅੰਦਰ ਕਰਕੇ ਫਿਰ ਉੱਤੇ ਤਸ਼ੱਦਦ ਕਰਦੇ ਹੋ ਜੇ ਨਾਲ ਕੋ ਹਿੰਮਤ ਹੈ ਤੇ ਸਾਨੂੰ ਬਾਹਰ ਆ ਲੰਦਨ ਬੰਦਿਆਂ ਕੋ ਲੜਾਈ ਲੜਾਂਗੇ ਅਸੀਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਡਿਬੇਟ ਤੇ ਜਾਵਾਂਗੇ ਜਿਹੜਾ ਮੁੱਖ ਮੰਤਰੀ ਵੱਲੋਂ ਸੱਦਾ ਬਹਿਸ ਦਾ ਪੰਜਾਬ ਦੇ ਇਸ਼ੂਸ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਸੱਦਾ ਪਾਰਟੀ ਪ੍ਰਧਾਨਾਂ ਨੂੰ ਐਲਓਪੀ ਨੂੰ ਉਹਨਾਂ ਨੂੰ ਆ ਪਰ ਸੁਖਪਾਲ ਸਿੰਘ ਖਹਿਰਾ ਤੋਂ ਸੱਦਾ ਹੀ ਨਹੀਂ ਅਸੀਂ ਬਿਨ ਬਣਾਏ ਚੱਲ ਜਾਾਂਗੇ ਜੀ ਬਿਨ ਬੁਲਾਏ ਅਨ ਇਨਵਾਈਟਿਡ ਜਾਵਾਂਗੇ ਪੰਜਾਬ ਦੇ ਉੱਤੇ ਡਿਬੇਟ ਹੈ ਔਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਤੋਂ ਬੈਟਰ ਕੌਣ ਹੈ ਜੋ ਡਿਬੇਟ ਕਰ ਸਕਦਾ ਤab ਦੂਜਾ ਤੁਸੀਂ ਜੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਤੁਹਾਡੀ ਹਰ ਗੱਲ ਦੇ ਵਿੱਚੋਂ ਇਹ ਲੱਗਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਸੁਖਪਾਲ ਸਿੰਘ ਖਹਿਰਾ ਨੂੰ ਸਿਰਫ ਤੰਗ ਪਰੇਸ਼ਾਨ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਹਦੇ ਵਿੱਚ ਦੋ ਗੱਲਾਂ ਨੇ ਇੱਕ ਤੇ ਤੁਸੀਂ ਆਖਿਆ ਸੀ ਕਿ ਉਹਨਾਂ ਦੀ ਬਾਰਕ ਦੇ ਵਿੱਚ ਸੀਸੀਟੀਵੀ ਲਗਵਾਏ ਗਏ ਨੇ ਤੇ ਦੂਜਾ ਇਹ ਕਿ ਬਾਰ ਬਾਰ ਰਿਮਾਂਡ ਉਹਨਾਂ ਦਾ ਕਿਉਂ ਲਿਆ ਜਾ ਰਿਹਾ ਸੀਸੀਟੀਵੀ ਵਾਲਾ ਜੋ ਹੈ ਦੇਖੋ ਜੇਲ੍ਹ ਵਿੱਚ ਜਾਇਜ਼ ਹੈ ਕਿ ਸੀਸੀਟੀਵੀ ਦਾ ਹੋਣਗੇ ਪਰ ਇੱਕ ਨਵਾਂ ਸੀਸੀਟੀਵੀ ਸਪੈਸ਼ਲੀ ਉਸ ਜਗ੍ਹਾ ਤੇ ਲਵਾਇਆ ਗਿਆ ਜਿੱਥੋਂ ਖਹਿਰਾ ਸਾਹਿਬ 24 ਘੰਟੇ ਅ ਦੇਖ ਦੇਖ ਇਹਨੂੰ ਵਾਚ ਕੀਤਾ ਜਾ ਸਕਦਾ ਜੀ ਬਿਲਕੁਲ ਸੋ ਇੱਕ ਗੱਲ ਹੋ ਦੂਜੀ ਗੱਲ ਤੁਹਾਡੇ ਸਗੇ ਰਿਮਾਂਡ ਵਾਲਾ ਦੇਖੋ ਮੇਰੇ ਫਾਦਰ ਦਾ ਅਰੈਸਟ ਕਰਕੇ ਰਿਮਾਂਡ ਲਿਆ ਗਿਆ 2 ਦਿਨ ਦਾ 2 ਦਿਨ ਤੋਂ ਬਾਅਦ ਜੱਜ ਸਾਹਿਬ ਨੇ ਮਨ ਕਰਤਾ ਕਿ ਨਹੀਂ ਜੀ 8 ਸਾਲ ਪੁਰਾਣਾ ਮੁਕੱਦਮਾ ਹੈ ਤੇ ਸਵਾਲ ਇਹਨਾਂ ਨੂੰ ਪੁੱਛਦੇ ਸੀ ਕਿ ਤੁਹਾਡੇ ਫਾਦਰ ਦਾ ਨਾਮ ਕੀ ਹੈ ਤੁਹਾਡੇ ਮਾਦਰ ਦਾ ਨਾਮ ਕੀ ਹੈ ਕਿੰਨੇ ਭੈਣ ਭਰਾ ਹੋ ਬੱਚੇ ਕਿੰਨੇ ਆ ਇਹਨਾਂ ਗੱਲਾਂ ਵਾਸਤੇ ਗ੍ਰਿਫਤਾਰੀਆਂ ਨਹੀਂ ਕੀਤੀਆਂ ਜਾਂਦੀਆਂ 10 ਤਰੀਕ ਨੂੰ ਫਿਰ ਰਿਮਾਂਡ ਲਿਆ ਗਿਆ ਕਿ ਤੁਹਾਡੀ ਜ਼ਮੀਨ ਕਿੰਨੀ ਹੈ ਤੁਹਾਡੀਆਂ ਪੈਲੀਆਂ ਕਿੰਨੀਆਂ ਸਾਡਾ ਜਿਹੜਾ ਵੀ ਕੋਈ ਪ੍ਰਾਪਰਟੀ ਜਾਂ ਕੋਈ ਉਹ ਕੋਈ ਘਰ ਨੇ ਸਾਡੇ ਇਲੈਕਸ਼ਨ ਐਫੀਡੇਵਿਟਸ ਵਿੱਚ ਡਿਕਲੇਅਰਡ ਨੇ ਉਹ ਕਹਿੰਦੇ ਕਿ ਜੀ ਅਗਰ ਮਾਨਡ ਤਾਕੇ ਕਿ ਜੀ ਖੈਰਾ ਆਪਣੀ ਬਨਾਮੀ ਪ੍ਰਾਪਰਟੀ ਨਹੀਂ ਦੱਸਦਾ ਕਿਦਾਂ ਦਸੀਏ ਹੁਣ ਆਪਣੇ ਵੱਲੋਂ ਬਣਾ ਕੇ ਦਸੀਏ ਜਾਂ ਤਾਂ ਸਾਨੂੰ ਲਿਸਟ ਸ਼ੋਅ ਕਰਨ ਕਿ ਇਹ ਇਹ ਪ੍ਰਾਪਰਟੀਆਂ ਤੁਹਾਡੀਆਂ ਹੈ ਕਿ ਨਹੀਂ ਹੈ ਅਸੀਂ ਯੈਸ ਨੋ ਕਰਾਂਗੇ ਉਹ ਕਹਿੰਦੇ ਕਿ ਇਹ ਆ ਦੋ ਚਾਰ ਚੀਜ਼ਾਂ ਤੋਂ ਇਲਾਵਾ ਤੁਹਾਡੀ ਹੋਰ ਪ੍ਰਾਪਰਟੀ ਕਿਹੜੀ ਹੈ ਹੁਣ ਅਸੀਂ ਕਿਦਾਂ ਬਣਾ ਕੇ ਦੱਸ ਦਈਏ ਇਸ ਗੱਲ ਤੇ 6 ਦਿਨ ਤਰ ਮਾਨ ਲੈ ਗਏ ਬੜੀ ਹੈਰਾਨੀ ਵਾਲੀ ਗੱਲ ਹੈ ਸੋ ਇਹ ਇਸ ਤੋਂ ਇਹ ਕਲੀਅਰ ਹੁੰਦਾ ਹੈ ਕਿ ਇਹਨਾਂ ਦਾ ਮਕਸਦ ਸੀ ਅਵਲਤਾ ਖੈਰੇਦੀਪ ਦੀ ਰੈਪਿਊਟੇਸ਼ਨ ਨੂੰ ਖਰਾਬ ਕਰਨਾ ਇਹ ਤੇਜੀ ਰੰਗਲਾ ਤੋਂ ਬਹੁਤ ਵੱਡਾ ਸਮਗਲਰ ਕੇਜਰੀ ਵਾਲਾ ਆ ਹੱਥ ਖੜੇ ਕਰੋ ਜੀ ਕੌਣ ਸਭ ਤੋਂ ਇਹਨਾਂ ਦੇ ਚਾਰ ਬੰਦੇ ਤਾਂ ਰੋਜ਼ ਈਡੀ ਵਾਲੇ ਚੱਕਦੇ ਸ਼ਰਾਬ ਘਟਾਲੇ ਵਿੱਚ ਤੇ ਇੱਥੇ ਆ ਕੇ ਪੰਜਾਬ ਵਾਲਿਆਂ ਤੋਂ ਹੱਥ ਖੜੇ ਕਰਾਏ ਕਿ ਜੀ ਅਸੀਂ ਨਸ਼ੇ ਦਾਸਕਰਾਂ ਨੂੰ ਫੜੀਏ ਕਿ ਨਾ ਫੜੀਏ ਐਸਐਸਪੀ ਫਰੀਦਕੋਟ ਨੇ ਹਰ ਥਾਣੇ ਵਿੱਚ ਹਦਾਇਤ ਦਿੱਤੀ ਹੈ ਕਿ ਰੋਜ਼ ਇੱਕ ਪਰਚਾ ਦਰਜ ਕਰੋ ਮਤਲਬ ਪਰਚਾ ਪਹਿਲੇ ਦਰਜ ਹੋਊਗਾ ਫਿਰ ਇੱਕ ਅਕਿਊਜ਼ ਦਾ ਨਾਮ ਵਿੱਚ ਪਾਇਆ ਜਾਊਗਾ 25000 ਕਹਿੰਦੇ ਇਦਾਂ ਸੀ ਮੁਕਦਮੇ ਦਰਜ ਕੀਤੇ ਆ ਡਰੱਗਸ ਖਤਮ ਹੋ ਜਾਣਗੇ ਇਦਾਂ ਇਹ ਅਪਰੋਚ ਹੀ ਪੁੱਠੀ ਆ ਸਰ ਪਹਿਲੇ ਮੁਕਦਮਾ ਜੇ ਤੁਸੀਂ ਦਰਜ ਕਰਤਾ ਤੇ ਫਿਰ ਅਕਿਊਜ਼ ਦਾ ਨਾਮ ਵਿੱਚ ਲੰਨੇ ਹੋ ਉਹ ਹਿਊਮਨ ਰਾਈਟਸ ਵਾਇਲੇਸ਼ਨ ਹੈ ਤੁਸੀਂ ਕਿਸੇ ਨੂੰ 10 ਸਾਲ ਦੇ ਜਾਂ 20 ਸਾਲ ਦੇ ਕੇਸ ਵਿੱਚ ਫਸਾ ਰਹੇ ਹੋ ਮੈਂ ਤਾਂ ਮੈਂ ਤਾਂ ਹੈਰਾਨ ਆ ਕਿ ਆਪਣੀਆਂ ਜਮੀਰਾਂ ਮਰ ਗਈਆਂ ਕੀ ਆਪਾਂ ਇਸ ਗੱਲ ਦਾ ਮਨ ਇਹਨੂੰ ਇਹਦੇ ਖਿਲਾਫ ਨਹੀਂ ਖੜੇ ਹੋ ਸਕਦੇ ਮੈਂ ਤਾਂ ਅਜ ਜਿਹੜਾ ਸਾਡੇ ਤੇ ਜੋ ਝੂਠਾ ਮੁਕਦਮਾ ਲਾਇਆ ਮੈਂ ਤਾਂ ਲੜੂੰਗਾ ਮੈਂ ਤਾਂ ਆਪਣੀ ਮੇਰੇ ਇਸ ਮੁਕਦਮੇ ਨੂੰ ਮੈਂ ਹਜ਼ਦਾਉਂ ਨਾਲ ਅਕਸਰ ਇਹ ਮੁਕਦਮੇ ਨੂੰ ਲੜਦੇ ਲੜਦੇ ਮੇਰੇ ਵਾਲ ਜਿੱਟੇ ਹੋ ਗਏ ਮੇਰੀ ਪਹਿਲੀ ਇੰਟਰਵਿਊ ਇੰਟਰਵਿਊ ਇਸ ਮੁਕਦਮੇ ਚ 2015 ਚ ਹੋਈ ਸੀ ਤੁਸੀਂ ਦੇਖਿਓ ਮੈਂ ਉਹਨੇ ਪਿੱਛੇ ਜੀ ਦੇਖ ਰਿਹਾ ਸੀ ਉਹ ਮੇਰੀ ਦਾੜ੍ਹੀ ਤੇ ਵਾਲ ਸਾਰੇ ਮੈਂ ਯੰਗ ਸੀ ਅੱਜ ਤੋਂ 8 ਸਾਲ ਪਹਿਲੇ ਮੈਂ 24-25 ਸਾਲਾਂ ਦਾ ਸੀ ਫਿਕਰ ਖਾ ਗਿਆ ਮੈਂ ਆਫਕੋਰਸ ਜੇ ਤੁਹਾਨੂੰ ਹਰ ਸਾਲ 1.5 ਸਾਲ ਬਾਅਦ ਚੱਕ ਕੇ ਅਰੈਸਟ ਪਾਉਂਦੇ ਹਾਲਾਂਕਿ ਮੈਨੂੰ ਕੋਈ ਡਰ ਨਹੀਂ ਹੈ ਬਟ ਆਫਕੋਰਸ ਇੱਕ ਇੱਕ ਸਟ्रेस ਹੁੰਦਾ ਹੈ ਆਫਕੋਰਸ ਕਿ ਤੁਸੀਂ ਕਸਟਡੀ ਚ ਪਰ ਜਿੱਦਾਂ ਅਸੀਂ ਪਿਛਲੀ ਵਾਰ ਜਿੱਤ ਕੇ ਬਾਰ ਆਏ ਆ ਸੁਪਰੀਮ ਕੋਰਟ ਤੋਂ ਅਸੀਂ ਇਹ ਲੜਾਈ ਲੜ ਕੇ ਜਿੱਤਾਂਗੇ ਅਸੀਂ ਲੜਾਈ ਤੋਂ ਭੱਜਣ ਵਾਲੇ ਨਹੀਂ ਆ ਮੈਂ ਤਾਂ ਇੱਕ ਜਿਸ ਜਿਹੜੇ ਮੇਨ ਅਕਿਊਜ਼ ਨੇ ਗੁਰਦੇਵ ਸਿੰਘ ਦੇਬੀ ਪਰ ਉਹਨਾਂ ਦੇ ਬਾਰੇ ਵਿੱਚ ਜਿਹੜੀ ਕਾਲ ਰਿਕਾਰਡਿੰਗ ਦੀ ਗੱਲ ਚੱਲ ਰਹੀ ਆ ਮੀਡੀਆ ਦੇ ਵਿੱਚੇ ਖਬਰਾਂ ਚੱਲ ਰਹੀਆਂ ਨੇ ਕਿ ਕਾਲ ਰਿਕਾਰਡਿੰਗ ਦੀ ਗੱਲ ਬਾਰ-ਬਾਰ ਸਾਹਮਣੇ ਆਉਂਦੀ ਆ ਕਿ ਉਹਦੀ ਕਾਲ ਰਿਕਾਰਡਿੰਗ ਉਹਨਾਂ ਦੇ ਨਾਲ ਮਤਲਬ ਉਹ ਸਾਹਮਣੇ ਆਈ ਗगन ਜੀ ਇਹ ਬੜਾ ਹਾਸੇ ਵਾਲੀ ਗੱਲ ਹੈ 2015 ਵਿੱਚ ਨਾ ਅਸੀਂ ਰਿਟ ਫਾਈਲ ਕੀਤੀ ਜਦ 15 ਵਿੱਚ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਕਿਹਾ ਕਿ ਜੀ ਇੱਕ ਪੀਸੀ ਕੀਤੀ ਗਈ ਐਸਆਈਟੀ ਵੱਲੋਂ ਕਿ ਗੁਰਦੇਵ ਸਿੰਘ ਤੇ ਸੁਖਪਾਲ ਸਿੰਘ ਖੇਹਰਾ ਦੇ ਕਾਲ ਰਿਕਾਰਡਸ ਹੈ ਸਾਡੇ ਕੋਲ ਇਹ ਦੋਨੋਂ ਆਪਸ ਵਿੱਚ ਇਨ ਟੱਚ ਸੀ ਅਸੀਂ ਹਾਈ ਕੋਰਟ ਗਏ ਸੀ ਡਬਲਪੀ 899 ਉਹਨੇ ਮੈਨੂੰ ਯਾਦ ਆ 2015 ਜਸਟ ਮਿਸਟਰ ਆਰਐਸ ਚੀਮਾ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਆਰਗੂ ਕੀਤਾ ਉਸ 2015 ਦੀ ਰਿਟ ਵਿੱਚ ਜਵਾਬ ਫਾਈਲ ਕੀਤਾ ਪੰਜਾਬ ਸਰਕਾਰ ਨੇ ਕਿ ਜੀ ਸੁਖਪਾਲ ਸਿੰਘ ਖੇਹਰਾ ਤੇ ਗੁਰਦੇਵ ਸਿੰਘ ਦੀਆਂ ਇਨੀਆਂ ਕਾਲਾਂ ਹੋਈਆਂ ਇਦੇ ਵਿੱਚ ਇਹ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਨੇ ਗੁਰਦੇਵ ਸਿੰਘ ਨੂੰ ਕੀਤਾ ਗੁਰਦੇਵ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਨੂੰ ਫੋਨ ਕੀਤਾ ਇਹ ਰਿਕਾਰਡ ਹੈ ਸਾਡੇ ਕੋਲ ਪਰ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਵੀ ਨਹੀਂ ਹੈ ਤੇ ਸੁਖਪਾਲ ਸਿੰਘ ਖਹਿਰਾ ਅਸੀਂ ਗੁਨਾਹਗਾਰ ਨਹੀਂ ਬਣਾਇਆ ਇਸ ਕੇਸ ਵਿੱਚ ਗੁਰਦੇਵ ਸਿੰਘ ਦੇਵੀ ਨੇ ਫਾਈਨੈਂਸ਼ੀਅਲੀ ਖਹਿਰਾ ਦੀ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਜਾਂ ਗੱਡੀ ਜਿਹੜੀ ਜਾਂ ਗੱਡੀਆਂ ਕਿਹਿਆ ਚਾਰਿਆ ਲਾਈਆਂ ਮੈਂ ਉਹਨਾਂ ਦਾ ਇਹ ਇਹ ਸਾਰੇ ਇਲਜ਼ਾਮ 15 ਦੇ ਨੇ ਉਹਨਾਂ ਨੇ ਕਿਹਾ ਸੀ ਗੱਡੀ ਨਹੀਂ ਗੱਡੀਆਂ ਨਹੀਂ ਗੱਡੀ ਇੱਕ ਗੱਡੀ ਕਿਤੇ ਸਾਡੀ ਕੈਂਪੇਨਿੰਗ ਦੇ ਨਾਲ ਸ਼ਾਇਦ ਗਏ ਹੋਣ ਤੇ ਫੰਡਿੰਗ ਕੀਤੀ ਉਹਦਾ ਕੋਈ 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 ਸਬੂਤ ਤਾਂ ਦੋ ਇਹ 2015 ਦੇ ਲੱਗੇ ਹੋਏ ਈਡੀ ਨੇ ਵੀ ਕਿਹਾ ਕਿ ਜੀ ਫੰਡਿੰਗ ਕੀਤੀ ਈਡੀ ਨੇ ਚਲਾਨ ਪੇਸ਼ ਕੀਤਾ ਸਾਡੇ ਖਿਲਾਫ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਆਮਦਨ ਤੇ ਇਹਨਾਂ ਦੇ ਖਰਚੇ ਵਿੱਚ ਜਿੰਨਾ ਫਰਕ ਹੈ ਉਹ ਸਾਰਾ ਦਾ ਸਾਰਾ ਡਰਗਮ ਨਹੀਂ ਹੈ ਅਸਲ ਵਿੱਚ ਐਟ ਬੈਸਟ ਇਹ ਇਨਕਮ ਟੈਕਸ ਦਾ ਕੇਸ ਹੋਣਾ ਸੀ ਉਹ ਵੀ ਨਹੀਂ ਬੰਦਦਾ ਸੀਗਾ ਉਹਦੇ ਵੀ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਜਿਹੜਾ ਸਾਡਾ ਜਿਹੜਾ ਡਿਫਰੈਂਸ ਹੈ ਇਹ ਬੈਂਕ ਲੋਨਸ ਨੇ ਬੈਂਕ ਲੋਨ ਲੈ ਕੇ ਮੇਰੇ ਫਾਦਰ ਨੇ ਮੇਰੇ ਤੇ ਮੇਰੀ ਸਿਸਟਰ ਦਾ ਵਿਆਹ ਕਰਾਇਆ ਉਹ ਬੈਂਕ ਲੋਨ ਜਦ ਅਸੀਂ ਇਹਨਾਂ ਨੂੰ ਈਡੀ ਵਾਲਿਆਂ ਨੂੰ ਦੱਸਿਆ ਕਿ ਜਿਸੀਂ ਆਪਣੀ ਜ਼ਮੀਨ ਤੇ ਲਿਮਿਟ ਚੱਕ ਕੇ ਆਪਾਂ ਸਾਰੇ ਲਿਮਿਟਾਂ ਲੈਣੇ ਆ ਤੁਸੀਂ ਸਾਰੇ ਹੋ ਜਾਣਦੇ ਹੋ ਮੇਰੇ ਤੋਂ ਜ਼ਿਆਦਾ ਉਹ ਲਿਮਿਟਾਂ ਚੁੱਕ ਕੇ ਅਸੀਂ ਇਹਨਾਂ ਮੇਰੇ ਬੱਚਿਆਂ ਦਾ ਵਿਆਹ ਕੀਤਾ ਉਹਨਾਂ ਨੇ ਚਲਾਨ ਵਿੱਚ ਮੈਂ ਤੁਹਾਨੂੰ ਪੜਾ ਦੂੰਗਾ ਕਹਿੰਦੇ ਅਸੀਂ ਇਹ 2 ਕਰੋੜ 2.5 ਕਰੋੜ 3 ਕਰੋੜ ਦੀ ਲਿਮਿਟ ਜਿਹੜੀ ਹੈ ਇਹਨੂੰ ਅਸੀਂ ਗਿਣ ਨਹੀਂ ਸਕਦੇ ਕਿਉਂਕਿ ਇਹ ਐਗਰੀਕਲਚਰਲ ਪਰਪਸੇਸ ਵਾਸਤੇ ਨਹੀਂ ਇਸਤੇਮਾਲ ਕੀਤਾ ਗਿਆ ਤਾਂ ਫਿਰ ਉਹ ਲੋਨ ਰਿਕਾਲ ਹੋ ਸਕਦਾ ਹੈ ਜਾਂ ਜੋ ਦੀ ਉਲੰਘਣਾ ਹੈ ਉਹਦਾ ਹੋਣਾ ਚਾਹੀਦਾ ਤੇ ਹੁਣ ਇਹਨਾਂ ਨੇ ਕਿਹਾ ਕਿ ਜੀ ਇਹ ਜਿੰਨਾ ਵੀ ਫਰਕ ਫੈਸਲਾ ਹੈ ਅ ਮਾਉਂਟ ਵਿੱਚ ਇਹ ਗੁਰਦੇਵ ਸਿੰਘ ਨੇ ਭੇਜਿਆ ਕਿਦਾਂ ਭੇਜਿਆ ਕਿੱਥੋਂ ਭੇਜਿਆ ਗੁਰਦੇਵ ਸਿੰਘ ਤਾਂ 2015 ਦਾ ਜੇਲ੍ਹ ਚ ਹੈ ਤਾਂ 2015 ਤੋਂ ਪਹਿਲੇ ਭੇਜਿਆ 2015 ਤੋਂ ਪਹਿਲੀ ਇਲੈਕਸ਼ਨ ਸੀਗੀ 2012 ਵਾਲੀ 2012 ਵਾਲੀ ਇਲੈਕਸ਼ਨ ਫੰਡ ਕੀਤੀ ਕਿੱਥੇ ਗੱਡੀ ਭੇਜੀ ਕਿਹੜੀ ਗੱਡੀ ਦਾ ਨੰਬਰ ਹੈ ਕਿਦੋਂ ਭੇਜੀ ਕਾਨੂੰਨ ਇਦਾਂ ਥੋੜੋ ਚੱਲਦਾ ਹੈ ਕਿ ਜੀ ਗੱਡੀ ਭੇਜੀ ਗगनਜੀਤ ਤੁਸੀਂ ਆਪਣੇ ਹੁਣ ਤੁਸੀਂ ਮੇਰੇ ਤੋਂ ਮੇਰੇ ਘਰ ਆਏ ਹੋ ਮੈਂ ਅੰਦਰ ਬੈਠਾ ਕੀ ਕਰ ਰਿਹਾ ਤੁਹਾਨੂੰ ਪਤਾ ਸੀ ਮੈਂ ਅੰਦਰ ਬੈਠਾ ਕੀ ਪਤਾ ਕਿਸਦਾ ਮਰਡਰ ਕਰਕੇ ਬੈਠਾ ਹਾਂ ਵਾ ਤੁਸੀਂ ਇੱਥੇ ਆਏ ਹੋ ਤੁਸੀਂ ਮੈਨੂੰ ਫੋਨ ਕੀਤਾ ਹੈ ਤੁਸੀਂ ਉਸ ਮਰਡਰ ਵਿੱਚ ਕੰਪਲਿਸ ਹੋਵੋਗੇ ਹੁਣ ਕ੍ਰਿਮੀਨਲ ਲਾਅ ਵਿੱਚ ਵਾਈਗੇਰੀਅਸ ਲਾਇਬਿਲਿਟੀ ਨਹੀਂ ਹੁੰਦੀ ਕਿ ਮੇਰਾ ਕੋਈ EMPLOYEE ਵਾਈਗੇਰੀਅਸ ਲਾਇਬਿਲਿਟੀ ਹੁੰਦੀ ਹੈ ਕਿ ਮੇਰਾ ਕੋਈ ਕੰਮ ਕਰਨ ਵਾਲਾ ਕੋਈ ਗੁਨਾਹ ਕਰੇ ਤੇ ਉਹਦਾ ਗੁਨਾਹ ਜਿਹੜਾ ਉਹ ਮੇਰੇ ਤੇ ਥੋਪਿਆ ਜਾ ਸਕੇ ਕ੍ਰਿਮੀਨਲ ਲਾਅ ਵਿੱਚ ਵਾਈਗੇਰੀਅਸ ਲਾਇਬਿਲਿਟੀ ਹੁੰਦੀ ਨਹੀਂ ਜੋ ਵੀ ਕਰਦਾ ਉਹ ਇੱਕ ਪਰਸਨਲ ਬੰਦਾ ਕਰਦਾ ਪਰ ਅੱਜ 8 ਸਾਲ ਬਾਅਦ ਅਸੀਂ ਉੱਥੇ ਹੀ ਬੈਠੇ ਹਾਂ ਮੈਂ ਤਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਨੇੜਲੇ ਜਿਹੜੇ ਸਾਥੀ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਕੌਣ ਨੇ ਉਹ ਲੋਕ ਕਿ ਉਹਨਾਂ ਦੇ ਹਲਕੇ ਦੇ ਨੇ ਪੁਲਸ ਤੋਂ ਨੇ ਜਿਨ੍ਹਾਂ ਦੇ ਮਤਲਬ ਰੇਡ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਮੇਰੇ ਫਾਦਰ ਦੇ ਜੀ ਪੋਲਿਟਿਕਲ ਸੈਕਟਰੀ ਨੇ ਸੈਕਟਰੀ ਨੇ ਕਰਨਦੀਪ ਖੱਕ ਜੀ ਢਿਲਵਾ ਵਿੱਚ ਉਹਦੇ ਉਹਨਾਂ ਦੇ ਘਰ ਦੇ ਸ਼ੀਸ਼ਾ ਤੋੜ ਕੇ ਖਿੜਕੀ ਤੋੜ ਕੇ ਅੰਦਰ ਗਏ ਕਿ ਜੀ ਅਸੀਂ ਰੇਡ ਕਰਨੀ ਹੈ ਕਿਸ ਚੀਜ਼ ਦੀ ਰੇਡ ਕਰਨੀ ਸਾਡੇ ਹਲਕੇ ਵਿੱਚ 5 6 ਅੱਜ ਵਿਜੀਲੈਂਸ ਦੀਆਂ ਜਾਂ ਜਲਾਲਾਬਾਦ ਦੀ ਪੁਲਿਸ ਦੀਆਂ ਗੱਡੀਆਂ ਘੁੰਮ ਰਹੀਆਂ ਨੇ ਤੇ ਸਾਡੇ ਜਿਹੜੇ ਖਾਸ ਮੇਰੇ ਫਾਦਰ ਦੇ ਸਪੋਰਟਰ ਰਹੇ ਨੇ ਕਿਉਂਕਿ ਸਾਡਾ ਭਲਤ ਹਲਕੇ ਭਲਤ ਦੇ ਨਾਲ 50 ਸਾਲ ਤੋਂ ਰਿਸ਼ਤਾ ਹੈ ਜੀ ਨਾਤਾ ਹੈ ਇਲੈਕਸ਼ਨਾਂ ਲੜਦੇ ਆ ਰਹੇ ਸਾਨੂੰ ਸਾਰੇ ਜਾਣਦੇ ਉਹਨਾਂ ਦੇ ਘਰ ਜਾ ਕੇ ਕਹਿੰਦੇ ਜੀ ਤੁਹਾਡੇ ਤੋਂ ਪੁਸ਼ਤਾਚ ਕਰਨੀ ਹੈ ਇਹਦਾ ਮਤਲਬ ਇਹ ਕਿ ਉਹ ਹੁਣ ਪੰਜਾਬ ਪੁਲਿਸ ਸਰਕਾਰ ਦੀ ਮਦਦ ਕਰ ਰਹੀ ਹੈ ਕਿ ਖੈਰੇ ਦੀ ਬਾਹਾਂ ਨੂੰ ਅਸੀਂ ਮਰੋੜੀਏ ਜਿਹੜੇ ਇਹਦੇ ਸਾਥ ਦੇਣ ਵਾਲੇ ਇਹ ਕਿੰਨੀ ਛੋਟੀ ਲੈਵਲ ਆਫ ਪੋਲਿਟਿਕਸ ਹੈ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਅਸੀਂ ਗੱਲ ਕਰਦੇ ਆਂ ਸਿੱਖਾਂ ਦੀ ਪਾਣੀਆਂ ਦੀ ਮਾਈਨਿੰਗ ਦੀ ਡਰੱਗਸ ਦੀ ਅ ਐਨਆਰਈ ਦੀ ਕੋਠੀਆਂ ਤੇ ਨਜਾਇਜ਼ ਕਬਜ਼ਿਆਂ ਦੀ ਰਾਗਵ ਚੱਡੇ ਦੇ ਵਿਆਹ ਦੀ अनेਕੋ ਮੱਤੇਵਾੜੇ ਦੀ ਜੰਗਲ ਦੀ ਔਰ ਐਸੇ अनेਕੋ ਗੱਲਾਂ ਤੁਸੀਂ ਜਾਣਦੇ ਹੋ ਮੇਰੇ ਫਾਦਰ ਕੀ ਕਰਦੇ ਇਹ ਗੱਲਾਂ ਕੀ ਕਰਦੇ ਕਿ ਖੈਰੇ ਦੇ ਪੋਲੀਟੀਕਲ ਸੈਕਟਰੀ ਦੇ ਘਰ ਜਾ ਕੇ ਇਹ ਇਹ ਪੋਲੀਟਿਕਸ ਆਪਾਂ ਬਹੁਤ ਥੱਲੇ ਲੈ ਕੇ ਆ ਰਹੇ ਮੇਰੇ ਫਾਦਰ ਬੜੇ ਬੇਬਾਕ ਲੀਡਰ ਨੇ ਬੜੇ ਇੱਕ ਸਾਫ਼ ਨੀਅਤ ਵਾਲੇ ਬੰਦੇ ਨੇ ਠੀਕ ਆ ਤੁਸੀਂ ਸਾਨੂੰ ਉਲਝਾ ਲਿਆ ਹੋਇਆ ਕੁਝ ਦਿਨਾਂ ਵਾਸਤੇ ਤੇ ਅਸੀਂ ਸੱਚੇ ਸੱਚੋਕੋ ਬਾਹਰ ਨਿਕਲਾਂਗੇ ਧੰਨਵਾਦ ਮਹਿਤਾਬ ਸਮਾਂ ਦੇਣ ਦੇ ਲਈ ਸੋ ਇਸਨ ਮਹਿਤਾਬ ਸਿੰਘ ਖੈਰਾ ਸੁਖਪਾਲ ਸਿੰਘ ਖੈਰਾ ਦੇ ਸੁਪੁੱਤਰ ਨੇ ਤੇ ਜਿਨ੍ਹਾਂ ਦਾ ਕਹਿਣਾ ਕਿ ਇਹ ਲੜਾਈ ਅਸੀਂ ਕਾਨੂੰਨੀ ਤੌਰ ਤੇ ਡਟ ਕੇ ਲੜਾਂਗੇ ਤੇ ਨਾਲ ਹੀ ਉਹਨਾਂ ਨੂੰ ਉਮੀਦ ਵੀ ਆ ਕਿ 19 ਅਕਤੂਬਰ ਨੂੰ ਆਉਣ ਵਾਲੇ ਫੈਸਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੇਗੀ ਤੇ ਸੁਖਪਾਲ ਸਿੰਘ ਖੈਰਾ 1 ਨਵੰਬਰ ਨੂੰ ਹੋਣ ਵਾਲੀ ਬਹਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਬਹਿਸ ਕਰਨਗੇ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਮੈਂ ਗगनਦੀ ਪਟੋਲ ਅਖਰ ਦੇਲੀ